ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ। ਅਤੇ ਅੱਜ ਅਸੀਂ ਜਾ ਰਹੇ ਹਾਂਗੇ ਜੀ ਕੈਂਗਰੂ ਆਈਲੈਂਡ, ਸਾਡਾ ਇੱਕ ਕੈਨੇਡਾ ਤੋਂ ਮਿੱਤਰ ਪਿਆਰਾ ਆਇਆ ਹੋਇਆ ਹੈਗਾ, ਆ ਨਾਲ ਤੁਸੀਂ ਬੈਠਿਆ ਦੇਖ ਹੀ ਸਕਦੇ ਹੋ, ਇਹਦਾ ਨਾਮ ਹੈਗਾ ਪਰਵਿੰਦਰ ਸਿੰਘ। ਅਤੇ ਅਸੀਂ ਮਿਲੇ ਹਾਂ, ਕਿੰਨੇ ਸਾਲ ਬਾਅਦ ਮਿਲੇ ਆਪਾਂ? ਸੱਤ ਸਾਲ ਬਾਅਦ ਮਿਲੇ ਹਾਂ ਅਸੀਂ। ਅਤੇ ਸੋਚਿਆ ਚਲੋ ਇਹਨੂੰ ਘੁਮਾ ਫਿਰਾ ਲਈਏ, ਦਿਨ ਬਹੁਤ ਘੱਟ ਆਇਆ ਵੈਸੇ ਬੰਦਾ ਇਹ ਇੱਥੇ। ਹੁਣ ਫਲਾਈਟ ਹੀ ਕੈਂਸਲ ਹੋ ਗਈ, ਔਰ ਇੱਕ ਦਿਨ ਸਾਡਾ ਡਿਲੇ ਹੋ ਗਿਆ, ਇਹਦੀ ਫਲਾਈਟ ਕੈਂਸਲ ਹੋ ਗਈ, ਅਤੇ ਪੂਰਾ 24 ਆਵਰ ਮਤਲਬ ਹੁਣ ਸਾਡਾ ਡਿਲੇ ਚੱਲ ਰਿਹਾ ਸਾਰਾ ਕੰਮ। ਅਤੇ ਚਲੋ ਦਿਖਾਉਂਦੇ ਹਾਂ ਤੁਹਾਨੂੰ ਅੱਗੇ ਫੈਰੀ ਫੂਰੀ ਦਾ ਸਾਰਾ ਕੁਛ ਸੀਨ। ਆਹ ਵੇਖੋ ਅੱਗੇ ਫੈਰੀ ਖੜ੍ਹੀ ਆ, ਹਨੇਰਾ ਬਹੁਤ ਹੈ ਇਸ ਟਾਈਮ ਕਿਉਂਕਿ ਅਸੀਂ ਨਿਕਲੇ ਸੀ 3:30 ਵਜੇ ਨਿਕਲੇ ਸੀ ਨਾ ਆਪਾਂ, ਅਤੇ 5:30 ਹੋ ਗਏ, 2 ਘੰਟੇ ਦੀ ਡਰਾਈਵ ਹੈ ਇੱਥੇ। ਅਤੇ ਆਹ ਸਾਰੀਆਂ ਗੱਡੀਆਂ ਹੁਣ ਫੈਰੀ ਦੇ ਵਿੱਚ ਚੜ੍ਹਨਗੀਆਂ ਉਹਦੇ ਵਿੱਚ। ਫੈਰੀ ਦਾ ਚੈੱਕ ਇਨ ਕਰਨ ਆਏ ਸੀਗੇ ਅਸੀਂ, ਅਤੇ ਉਹਦਾ ਹੋ ਗਿਆ, ਟਿਕਟਾਂ ਵਗੈਰਾ ਮਿਲ ਗਈਆਂ, ਅਤੇ ਹੁਣ ਚੜ੍ਹਦੇ ਹਾਂਗੇ ਫੈਰੀ ਦੇ ਵਿੱਚ। ਹਵਾ ਬਹੁਤ ਚੱਲ ਰਹੀ ਯਾਰ, ਆਹ ਗੱਡੀਆਂ ਇੱਥੇ ਲਾਈਨਾਂ 'ਚ ਲਾ ਕੇ, ਅਤੇ ਇੱਦਾਂ ਮਤਲਬ ਇਹਦੇ ਵਿੱਚ ਸਾਰੀ ਖੁੱਲ੍ਹੀ ਹੈ ਜਿਹੜੀ ਥਾਂ, ਸਾਰੀ ਇਹਦੇ ਵਿੱਚ ਲੋਡ ਕਰਾਉਣਗੇ। ਓਹੋ ਠੰਡ ਬਹੁਤ ਆ, ਟਿਕਟਾਂ ਮਿਲ ਗਈਆਂ, ਅਤੇ ਆਪਣਾ ਉਹ ਇਕੱਲੇ ਇਕੱਲੇ ਦਾ ਚੈੱਕ ਇਨ ਕਰਾ ਰਹੇ ਨੇ ਹੁਣ, ਉਹ ਬਾਈ ਆ ਰਿਹਾ ਅੱਗੇ, ਤਾਂ ਬਾਈ ਹੈ ਕਿ ਲੇਡੀ ਹੈ ਬੀਬੀ। ਨਾ ਉਹ ਤਾਂ ਮਜ਼ਾਕ ਕਰ ਰਹੇ ਸੀ, ਮਸਤੀ ਕਰਦੇ ਪਏ ਸੀ। ਗੱਡੀਆਂ ਇੱਥੇ ਲਾਤੀਆਂ ਆਪਣੀਆਂ, ਆਹ ਖੜੀ ਹੈ ਗੱਡੀ ਆਪਣੀ, ਇਹ ਸਾਰੀਆਂ ਇੱਥੇ ਇੱਦਾਂ ਹੀ ਲੋਡ ਕਰਾਉਣਗੇ ਇਹ। ਅਤੇ ਕਈ ਵਾਰ ਤਾਂ ਇੱਥੇ ਨਾ ਬੀ ਡਬਲ ਟਰੱਕ ਵੀ ਲਵਾਉਂਦੇ ਹੁੰਦੇ ਆ, ਜਿਹੜੇ ਸਿੱਧਾ ਰਿਵਰਸ ਹੀ ਲਗਾ ਦਿੰਦੇ ਆ, 2-2 ਟ੍ਰੇਲਰ ਪਿੱਛੇ ਪਾਏ ਹੋਏ, ਤੁਸੀਂ ਇਹ ਦੇਖ ਲਓ ਵੀ ਕਿੰਨਾ ਲੋਡ ਲੈ ਕੇ ਜਾਂਦੇ ਆ ਇਹ। ਅਤੇ ਆਪਾਂ ਹੁਣ ਚੱਲਦੇ ਹਾਂ, ਸਿਟਿੰਗ ਏਰੀਆ ਸਾਰਾ। ਇੱਥੇ ਵੀ ਬਹਿ ਸਕਦੇ ਹਾਂ, ਉੱਪਰ ਵੀ ਜਾ ਸਕਦੇ ਹਾਂ,
ਉੱਪਰ ਤੋਂ ਉੱਪਰ ਹੈ ਨਾ। ਹਾਂ ਉੱਪਰ ਤੋਂ ਉੱਪਰ ਹਵਾ ਦੇਖੀ ਕਿਹੜੀ ਚੱਲਦੀ ਵੀ। ਹਾਂ ਹਵਾ ਤਾਂ ਬਹੁਤ ਚੱਲਦੀ ਹੈ, ਦਿਲ ਤੇ ਚੜ ਜਾਂਦੇ। ਨਹੀਂ ਨਹੀਂ ਚੀਜ਼ ਦੱਸ, ਉਧਰ ਵੀ ਸੇਮ ਹੀ ਹੈ। ਆ ਥੋੜਾ ਬਾਹਰ ਨੂੰ ਆ ਗਿਆ ਜੀ, ਤੇ ਆ ਹੈਗਾ ਸੀ ਲਿੰਕ। ਇੱਥੋਂ ਟਿਕਟਾਂ ਟੁਕਟਾਂ ਮਤਲਬ ਲੈ ਸਕਦੇ ਹਾਂ, ਇੱਥੇ ਇਹਨਾਂ ਦਾ ਕੰਮ ਵੀ ਚੱਲ ਰਿਹਾ। ਇੱਕ ਉੱਪਰ ਚੱਲਿਆ ਹੋਰ ਜ਼ਿਆਦਾ ਠੰਡ 'ਚ। ਆ ਗਿਆ ਪਿੱਛੋਂ ਦਾ ਏਰੀਆ, ਇੱਥੋਂ ਗੱਡੀਆਂ ਸਾਰੀਆਂ ਲੋਡ ਹੋਈਆਂ ਨੇ ਇਹਦੇ ਵਿੱਚ। ਹਵਾ ਯਾਰ ਬਹੁਤ ਚੱਲਦੀ, ਉੱਪਰ ਲੈ ਕੇ ਚੱਲਦਾ ਤੁਹਾਨੂੰ ਵੈਸੇ। ਹਨੇਰਾ ਬਹੁਤ ਆ, ਦੇਖਣਾ ਕੁਛ ਹੈ ਨਹੀਂ, ਘੰਟੇ ਤੱਕ ਸੂਰਜ ਚੜ੍ਹ ਜਾਣਾ ਅਤੇ ਦੇਖਦੇ ਜਦੋਂ ਤੱਕ ਰਸਤੇ 'ਚ ਹੋਣਾ ਕਰਕੇ ਬਹੁਤ ਨਹੀਂ ਮੈਂ ਕੁਛ ਦਿਖਾ ਨਹੀਂ ਪਾਊਂਗਾ, ਪਰ ਇੱਥੇ ਕੰਮ ਬਹੁਤ ਚੱਲ ਰਿਹਾ ਵੈਸੇ, ਕਿਉਂਕਿ ਨਵੀਂ ਫੈਰੀਆਂ ਲੱਗੀਆਂ ਨੇ ਦੋ। ਟੈਕਨੋਲੋਜੀ ਬਣਾਈ ਹੈ ਨਾ, ਕਿੰਨਾ ਕਿੰਨਾ ਲੋਡ ਲੈ ਕੇ ਜਾਂਦੀਆਂ ਹੁੰਦੀਆਂ ਫੈਰੀਜ਼ ਵਗੈਰਾ, ਇਹ ਸ਼ਿਪਾਂ ਵਗੈਰਾ, ਕੁਝ ਵੀ ਕਰੂਜ਼ ਵਗੈਰਾ, ਇੱਕੋ ਗੱਲ ਆ ਗਈ। ਸਾਇੰਸ ਕਿੱਥੇ ਕਿੱਥੇ ਤੱਕ ਮਾਰ ਕੀਤੀ ਹੈ ਸਾਇੰਸ ਨੇ। ਚੱਲੀ ਅੰਦਰ ਆ, ਠੰਡ ਬਹੁਤ ਹੈ। ਬੈਠੇ ਆਪਣੇ ਬੰਦੇ ਤਾਂ ਇੱਥੇ ਬਹਿ ਕੇ ਵਿਊ ਇੰਜੋਏ ਕਰ ਸਕਦੇ ਹਾਂ, ਬਟ ਹੁਣ ਇਸ ਟਾਈਮ ਤਾਂ ਵਿਊ ਦਿਖਣਾ ਹੀ ਨਹੀਂ ਕੁਛ। ਉਹ ਸਾਰਾ ਇੱਥੋਂ ਨਾ ਮੋੜ ਜਿਹਾ ਪੈਂਦਾ ਐਵੇਂ ਉੱਥੋਂ ਨਾ, ਇੱਦਾਂ ਵਿੱਚ ਕੈਫੇ ਆ ਗਿਆ ਉੱਪਰ ਹੈਗਾ, ਉੱਪਰ ਚੱਲਦੇ ਆ ਦੇਖ, ਪੌੜੀਆਂ ਹੈਗੀਆਂ ਚੱਲਦੇ ਆ। ਨਹੀਂ ਨਹੀਂ ਉੱਪਰ ਕੈਬਿਨ ਆ, ਹਾਂ ਕੈਬਿਨ ਆ। ਹਾਂ ਜਾ ਸਕਦੇ ਇੱਧਰ ਵੀ, ਕੀ ਖਿਆਲ ਹੈ। ਹਵਾ ਬਹੁਤ ਚੱਲ ਰਹੀ ਹੈ ਇੱਥੇ ਤਾਂ, ਡਰੋਨ ਤਾਂ ਭੁੱਲ ਹੀ ਜਾਓ ਖਿਆਲ, ਡਰੋਨ ਨਹੀਂ ਚੱਲੇਗਾ, ਡਰੋਨ
ਤਾਂ ਕਦੇ ਵੀ ਚੱਲਣਾ ਇੱਥੇ ਕਰ ਰਹੀ ਹੈ ਬੋਰਡ ਨੂੰ ਨਵਾਂ ਜਿਹਾ ਐਕਸਪੀਰੀਅੰਸ ਹੈ ਬਸ ਆਪਾਂ 10 ਮਿੰਟ ਤੱਕ ਛੱਲਾਂ ਦੇਖੋ ਤੁਸੀਂ ਕਿਵੇਂ ਮਤਲਬ ਉੱਚੀਆਂ ਮਤਲਬ ਅੱਜ ਵੇਵ ਹੀ ਹੈਗੀ ਆ ਬਟ ਇੰਨੀ ਨਹੀਂ ਹੈਗੀ ਜਿੰਨੀ ਲਾਸਟ ਟਾਈਮ ਸੀਗੀ ਤਿੰਨ ਸਾਲ ਬਾਅਦ ਚੱਲਿਆ ਮੈਂ ਅੱਜ ਕੈਂਗਰੂ ਆਈਲੈਂਡ ਦੁਆਰੇ